गुप्ता जी, इत्थे LMIA नूं लैके कई तरह के सवाल पिछले समय दे विच सानूं सामना करने पए ने। LMIA कढ़वा के पैसे पुसे लै के चक्की नाल फटे, वह सारा हाल की घड़ी उस ठल पै गई है। तो क्योंकि सरकार ने आख्या कि जड़े जड़े जिथे जिथे अनइंप्लॉयमेंट रेट जोड़ा है 6% तो हायर होगा, वह असं रिफ्यूज टू प्रोसैस करा। तुम कोई अपने वालों जोड़ा इस वे प्रोटेस्ट वगैरह हो रहे हैं स्टूडेंट्स वालों, कोई वो कॉमेंट करना चाहते हो? जी दोस्तों, प्रोग्राम हरजिंदर गिल शो 1350 AM मंडे टू फ्राइडे दोपहरे 2 बजे तो 5 बजे तक साडा थोड़ा साथ हुंदा। ते साडा अगला सैगमेंट वेलकम टू कैनेडा, जिहदे विच मैट्रो इमीग्रेशन तो सुरेश गुप्ता जी साडे नाल फोन लाइन दे उपर हाजिर हो चुके ने। सो उन्हां दे नाल असीं कुछ विशेष गलबात करनी है। मैट्रो इमीग्रेशन जाणे पछाणे नाम है, इमीग्रेशन दे फील्ड दे विच तुसीं कोई भी सर्विसिज चाहुंदे हो तां 905-673-1200 इह नंबर नोट करके रखो। इहनां दी टीम दे नाल संपर्क करके इमीग्रेशन दे नाल संबंधित कोई भी गलबात करनी है 905-673-1200 इस नंबर के उपर कॉल करके जरूर एक बार सलाह मशवरा कर लो। गुप्ता जी, जी आयां नूं जी प्रोग्राम दे विच तुहाडा बहुत बहुत स्वागत है हरजिंदर गिल शो दे विच। थैंक यू सर। थैंक यू हरजिंदर जी, बहुत बहुत धन्यवाद कि तुसीं मैनूं अपने श्रोतियां नाल सांझ पाई है। सर, काफ़ी दिनों बाद अज दोबारा थोड़े नाल रेडियो ते गलबात कर रहे हैं। बेशक रेगुलर बेसिस दे उपर आपां गलबात थोड़े नाल हुंदी रहिंदी है, पर रेडियो ते कुछ स्रोते हो सकदा कि अज पहली बार थोड़ी आवाज़ सुन रहे होण। बेशक तुसीं कई दहाकियां तो इस फील्ड दे नाल जुड़े हुए हो, तो मैं जरूर चाहांगा इस तो पहलां कि अज दे सवाल जवाब वल्लों वधीए थोड़ा जिहा अपने बारे, अपने प्रोफेशनल बैकग्राउंड बारे दसना चाहुंदे होवो। मैं ज्यादा नहीं गल करांगा क्योंकि ये मैं ज्यादा अपनी शोभा करांगा तो इदा लगूगा ईगोस्टिक। मैं यही कहूंगा कि मैं 25 साल तो अपना रोजगार कमा रहा इस फील्ड तो, मैं बहुत अपने आप तो संतुष्ट हाँ। हाउ इज दैट? ठीक है। अच्छा सर, जी थोड़ी जी सैटिस्फैक्शन है, संतुष्टि है, उदे विच की फैक्टर केड़ा मानदे हो, राज की है उस चीज का? ਜੇ ਵੀ ਪਹਿਲੀ ਗੱਲ ਤਾਂ ਮੈਂ ਬਕਵਾਸ ਨਹੀਂ ਕਰਦਾ ਕਿ ਐਵੇਂ ਕਿਸੇ ਨੂੰ ਫਰੋਡ ਕਰਕੇ ਪੈਸੇ ਪੁਸੇ ਲੈ ਕੇ ਅਗਲੇ ਦਾ ਕੰਮ ਕਰਨਾ ਨਹੀਂ, ਉਹ ਨਹੀਂ ਮੇਰੇ ਹੁੰਦਾ। ਇੱਕ ਜ਼ਿੰਮੇਵਾਰ ਕੰਮ ਮੈਂ ਫੜਦਾ, ਉਹਨੂੰ ਮੈਂ ਸਿਰੇ ਲਾ ਕੇ ਛੱਡਦਾ ਚਾਹੇ ਜੋ ਮਰਜ਼ੀ ਹੋਵੇ। ਰਾਈਟ, ਠੀਕ ਹੈ ਜੀ। ਸੋ 905-673-1200 ਇਹ ਨੰਬਰ ਤੁਸੀਂ ਨੋਟ ਕਰਕੇ ਰੱਖੋ, ਅਤੇ ਜਿਵੇਂ ਇਹਨਾਂ ਨੇ ਦੱਸਿਆ ਹੈ ਕਿ ਟਰਾਂਸਪੇਰੈਂਟ ਤਰੀਕੇ ਦੇ ਨਾਲ, ਕਲੈਰਿਟੀ ਦੇ ਨਾਲ, ਕੋਈ ਬਹੁਤੇ ਸਬਜ਼ ਬਾਗ ਨਹੀਂ ਦਿਖਾਉਂਦੇ। ਸੋ ਤੁਸੀਂ ਜਦੋਂ ਇਹਨਾਂ ਨਾਲ ਗੱਲ ਕਰੋਗੇ, ਤਾਂ ਬਹੁਤ ਵਾਰ ਮੈਂ ਵੀ ਦੇਖਿਆ ਕਿ ਜਦੋਂ ਇਹਨਾਂ ਨੂੰ ਕੋਈ ਕਲਾਇੰਟ ਕਈ ਵਾਰੀ ਰੈਫਰ ਕਰੀਦੇ ਆ, ਤੇ ਇਹ ਕਹਿ ਦਿੰਦੇ ਆ ਕਿ ਯਾਰ ਵੀ ਟਾਈਮ ਨਾ ਖਰਾਬ ਕਰੀਏ ਆਪਾਂ, ਤੇ ਨਾ ਤਾਂ એનર્ਜੀ ਵੇਸਟ ਕਰੋ ਨਾ ਪੈਸੇ ਵੇਸਟ ਕਰੋ, ਵੀ ਤੁਹਾਡਾ ਇਹਦੇ ਨਾਲ ਇਸ ਚੀਜ਼ ਨਾਲ ਇਸ ਤਰੀਕੇ ਦੇ ਨਾਲ ਹੱਲ ਨਹੀਂ ਹੋਣਾ, ਤੁਹਾਨੂੰ ਕੋਈ ਹੋਰ ਹੱਲ ਲੱਭਣਾ ਪੈਣਾ। ਸੋ ਉਹ ਕਲੀਅਰਲੀ ਦੱਸ ਦਿੰਦੇ ਆ 905-673-1200 ਇਸ ਨੰਬਰ ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਤੇ ਗੁਪਤਾ ਜੀ, ਇਸ ਵੇਲੇ ਹੁਣ ਪਿਛਲੇ ਕੁਛ ਮਹੀਨਿਆਂ ਤੋਂ ਟਿਪੀਕਲੀ ਜੇ ਗੱਲ ਕਰਨੀ ਹੋਵੇ ਜਾਂ ਕੁਛ ਸਾਲਾਂ ਤੋਂ ਵੀ ਕਹਿ ਸਕਦੇ ਹਾਂ, ਲਗਾਤਾਰਤਾ ਦੇ ਨਾਲ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਤਬਦੀਲੀਆਂ ਛੋਟੀਆਂ ਮੋਟੀਆਂ ਹੁੰਦੀਆਂ ਸਥਿਤੀ ਕਈ ਵਾਰੀ ਇੱਦਾਂ ਦੀ ਸਾਨੂੰ ਲੱਗਣ ਲੱਗ ਜਾਂਦੀ ਕਿ ਕੀ ਹੋ ਕੀ ਰਿਹਾ, ਕਈ ਗਲਤੀਆਂ ਵੀ ਹੋਈਆਂ ਹੋਣਗੀਆਂ, ਕੁਛ ਚੀਜ਼ਾਂ ਠੀਕ ਵੀ ਹੋਈਆਂ ਹੋਣਗੀਆਂ, ਪਰ ਉਹ ਜਿਹੜੀਆਂ ਇੰਨੀਆਂ ਚੇਂਜਸ ਹੋਈਆਂ ਨੇ, ਜੇਕਰ ਤੁਹਾਡੇ ਤੋਂ ਕੁਇਕਲੀ ਮੈਂ ਇੰਨਾ ਕੁ ਪੁੱਛਣਾ ਹੋਵੇ ਕਿ ਇਹ ਸਾਰਾ ਕੁਛ ਜੋ ਹੁਣ ਤੱਕ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਹੋ ਰਿਹਾ, ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਆ ਜਾਂ ਹੋਰ ਬਾਕੀ ਵੱਖ ਵੱਖ ਕੈਟਾਗਰੀਜ਼ ਨੂੰ ਲੈ ਕੇ ਆ, ਕੋਈ ਇਹੋ ਜਿਹੀ ਗੱਲ ਜਿਹੜੀ ਤੁਸੀਂ ਸੋਚਦੇ ਹੋਵੋ, ਤੁਸੀਂ ਤਬਦੀਲੀ ਵੱਖਰੀ ਤਰ੍ਹਾਂ ਦੇ ਨਾਲ ਦੇਖਦੇ ਜਾਂ ਸੋਚਦੇ ਸੀ ਤਾਂ ਜਿਹੜੀ ਨਹੀਂ ਹੋਈ, ਅਤੇ ਜਾਂ ਕੁਛ ਕਮੈਂਟ ਇੱਦਾਂ ਦਾ ਕਰਨਾ ਚਾਹੁੰਦੇ ਹੋ, ਕਿਹੜੀ ਇੱਦਾਂ ਦੀ ਕੋਈ ਮੇਜਰ ਚੇਂਜ ਤੁਸੀਂ ਸੋਚਦੇ ਸੀ ਜਾਂ ਲੋਚਦੇ ਸੀ? ਜਿਹੜੀਆਂ ਪਿਛਲੇ ਕੁਛ ਸਮੇਂ ਦੇ ਦੌਰਾਨ ਆਪਣੇ ਇਮੀਗ੍ਰੇਸ਼ਨ ਮੰਤਰੀ ਸਾਹਿਬ ਨੇ ਚੇਂਜਿਸ ਲੈ ਕੇ ਆਉਂਦੀਆਂ, ਉਹ ਲੌਂਗ ਡਿਊ ਸੀਆਂ। ਜੇ ਉਹੀ ਪਹਿਲਾਂ ਉਹਨਾਂ ਨੂੰ ਮੈਸ ਨਾ ਕ੍ਰੀਏਟ ਕਰਦੇ ਤੇ ਅੱਜ ਆਪਾਂ ਨੂੰ ਇਹ ਸਮਾਂ ਨਾ ਦੇਖਣਾ ਪੈਂਦਾ। ਚਲੋ, ਜਿਹੜੀਆਂ ਉਹਨਾਂ ਨੇ ਤਬਦੀਲੀਆਂ ਕੀਤੀਆਂ, ਹੁਣ ਸਮੇਂ ਦੀ ਪੁਕਾਰ ਦੇ ਅਨੁਸਾਰ ਹਾਊਸਿੰਗ ਕ੍ਰਾਈਸਿਸ ਦੇ ਕਾਰਨ ਉਹਨਾਂ ਨੂੰ ਕਰਨੀਆਂ ਪੈਣੀਆਂ ਸੀਆਂ, ਨਹੀਂ ਤੇ ਉਹਨਾਂ ਦੇ ਨੰਬਰ ਐਸ ਯੂ ਨੋ ਕਿ ਲਿਬਰਲ ਸਰਕਾਰ ਦੇ ਅੰਕੜੇ ਕਿੱਥੇ ਖੜੇ ਆ ਇਸ ਟਾਈਮ ਨਾ, ਉਹਦਾ ਸਾਰਾ ਦਾ ਸਾਰਾ ਜਿਹੜਾ ਮੈਸ ਹੈ ਉਹ ਹਾਊਸਿੰਗ ਦੇ ਨਾਲ ਅਟੈਚ ਹੈਗਾ। ਪਰ ਹੈਵਿੰਗ ਸੈਡ ਆਲ ਦੈਟ, ਤੁਸੀਂ ਜਿਹੜਾ ਸਵਾਲ ਮੈਨੂੰ ਪੁੱਛਿਆ ਵੀ ਕਿਹੜੀ ਤਬਦੀਲੀ ਜਿਹੜੀ ਮੈਂ ਦੇਖਣਾ ਚਾਹਾਂਗਾ ਜਿਹਦੇ ਨਾਲ ਸਾਰਿਆਂ ਨੂੰ ਇੱਕ ਬਰਾਬਰਤਾ ਮਿਲੇ, ਉਹ ਹੈਗਾ ਜੀ LMIA ਫੋਰ PR। LMIA ਫੋਰ PR ਸਰ ਉਹ ਹੈ ਕਿ ਤੁਹਾਨੂੰ ਐਕਸਟਰਾ 50 points ਦਿੰਦਾ ਕਿ ਜੇ ਤੁਸੀਂ ਇਹ ਆਪਣਾ ਕੋਈ ਲੋਕ ਜਿਹੜਾ ਆਪਣੇ ਇੰਪਲੋਇਰ ਹੈ, ਜੇ ਉਹ ਇਹ ਆਖੇ ਜੀ ਮੈਨੂੰ ਇਸ ਬੰਦੇ ਦੀ ਲੋੜ ਹੈ ਤੇ ਮੈਂ ਇਹਨਾਂ ਨੂੰ PR ਦੀ ਸਪੋਰਟ ਲਈ ਮਤਲਬ ਕਿ ਮੈਂ ਇਹਨਾਂ ਦੀ LMIA ਦੇਣ ਨੂੰ ਤਿਆਰ ਹਾਂ, ਜਦੋਂ ਇੱਥੇ ਕੈਨੇਡਾ ਆਊਗਾ ਤੇ ਮੇਰੇ ਕੋਲ ਇਹ ਇੰਪਲੋਇਮੈਂਟ ਹੋਏਗੀ, ਉਹਦੇ 50 points ਮਿਲਦੇ ਆ। ਹੁਣ ਉਹ ਸਾਰਾ ਜਿਹੜਾ ਚੱਕਰ ਹੈਗਾ ਉਹ ਫਰਾਡ ਨਾਲ ਭਰਿਆ ਪਿਆ, ਉਹਦੇ ਜਿਹੜੇ ਹੈਗੇ 50 points ਲੈਣ ਲਈ ਲੋਕੀ ਤਰ੍ਹਾਂ ਤਰ੍ਹਾਂ ਦੇ ਪੈਸੇ ਖਰਚਦੇ ਆ ਜਾਂ ਕੋਈ ਹੋਰ ਤਰ੍ਹਾਂ ਦੀ ਇੱਕ ਦੂਜੇ ਨੂੰ ਇੰਪਲੋਇਰ ਨੂੰ ਫੇਵਰ ਦਿੰਦੇ ਆ।
ਨਾ ਉਹ 'ਚ ਸਰਕਾਰ ਦੀ ਜਿਹੜੀ ਫੀਸ ਹੈ ਜ਼ੀਰੋ ਹੈ, ਸਰਕਾਰ ਕੋਈ ਚਾਰਜ ਨਹੀਂ ਕਰਦੀ ਤਾਂ, ਪਰ ਉਹ ਹੈ ਸਾਰਾ ਮੈਸ ਹੈ। ਜੇ ਤੁਸੀਂ ਉਹ 50 ਪੁਆਇੰਟਸ ਹਟਾ ਦਿਓ, ਮੰਨ ਲਓ 50 ਪੁਆਇੰਟ ਨਾ ਦਿੱਤੇ ਜਾਣ, ਤਾਂ ਫਿਰ ਇੱਕ ਪਲੇਨ ਲੈਵਲ ਫੀਲਡ ਕਹਿੰਦੇ, ਜਿੱਦਾਂ ਵੀ ਆਪਣਾ ਜਿਹੜਾ ਮੈਦਾਨ ਹੈ ਉਹ ਬਰਾਬਰ ਹੋਊਗਾ ਸਾਰੇ ਵਿਦਿਆਰਥੀਆਂ ਲਈ। ਇਸ ਟਾਈਮ ਜਿਹੜੇ ਇਸ ਟਾਈਮ ਨੰਬਰ ਤੁਸੀਂ ਦੇਖੋ 539 'ਤੇ ਲਗਭਗ ਹੈਗੀ ਜਿਹੜੀ ਉਹਨਾਂ ਨੂੰ ਇਨਵੀਟੇਸ਼ਨ ਆ ਰਹੀਆਂ। ਉਹ 539 ਕਿੱਦਾਂ ਹੁੰਦੀਆਂ ਕਿ ਜੇ ਤੁਹਾਨੂੰ ਐਕਸਟਰਾ 50 ਪੁਆਇੰਟ ਤੁਸੀਂ ਅਕੁਆਇਰ ਕਰਦੇ ਹੋ, ਇੱਧਰੋਂ ਉੱਧਰੋਂ ਹੱਥ ਮਾਰ ਕੇ ਪੈਸੇ ਇੰਪਲੋਇਰ ਨੂੰ ਦੇ ਦਵਾ ਕੇ, ਉਹ ਸਾਰਾ ਜਿਹੜਾ ਮੈਸ ਹੈਗਾ। ਜੇ ਤੁਸੀਂ ਉਹ 50 ਪੁਆਇੰਟ ਚੱਕ ਦਿਓ ਤਾਂ ਉਹ ਸਾਰੇ ਪਲੇਨ ਲੈਵਲ ਫੀਲ ਹੋਊਗਾ ਅਤੇ ਨੰਬਰ ਡਰੋਪ ਕਰਕੇ 490 ਦੇ ਲਾਗੇ ਲਾਗੇ ਪਹੁੰਚ ਜਾਣਗੇ। ਅਤੇ ਇਸ ਕਰਕੇ ਜਿਹੜੇ ਵਿਦਿਆਰਥੀਆਂ ਨੂੰ ਜਿਹੜੇ ਨਹੀਂ ਅਫੋਰਡ ਕਰ ਸਕਦੇ ਉਹਨਾਂ ਨੂੰ ਮੌਕਾ ਮਿਲੂਗਾ ਜੀ। ਰਾਈਟ। ਅਤੇ ਗੁਪਤਾ ਜੀ, ਇੱਥੇ LMIA ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਪਿਛਲੇ ਸਮੇਂ ਦੇ ਵਿੱਚ ਸਾਨੂੰ ਸਾਹਮਣਾ ਕਰਨੇ ਪਏ ਨੇ। ਇਸ ਵੇਲੇ ਕੀ ਸਥਿਤੀ ਹੈ? LMIA ਰੈਗੂਲਰ ਬੇਸਿਸ ਦੇ ਉੱਪਰ ਪ੍ਰੋਸੈਸ ਚੱਲ ਰਿਹਾ, ਕੋਈ ਇਹਦੇ 'ਚ ਤਬਦੀਲੀ ਵੱਡੀ ਆਈ ਹੈ ਜਾਂ ਲੋਕ ਰੁਕ ਗਏ ਨੇ ਲੋਕ ਜਾਂ ਫਾਇਦਾ ਲੈ ਰਹੇ ਨੇ ਇਸ ਪ੍ਰੋਗਰਾਮ ਦਾ, ਜਾਂ ਥੋੜ੍ਹਾ ਦੱਸਣਾ ਚਾਹੁੰਦੇ ਹੋ ਪ੍ਰੈਜੈਂਟਲੀ ਕੀ ਸਿਚੁਏਸ਼ਨ ਹੈ? ਪ੍ਰੈਜੈਂਟਲੀ ਇਸ ਟਾਈਮ ਲੋਕਾਂ 'ਚ ਇੱਕਦਮ ਉਹ ਨਾ ਠੱਲ ਜਿਹੀ ਪੈ ਗਈ, ਜਿੱਦਾਂ ਆਪਾਂ ਕਹਿੰਦੇ ਠੱਲ ਪੈ ਗਈ ਇਨ ਦਾ ਸੈਂਸ, ਜਿਹੜਾ ਜਿਹੜਾ ਹਲਾ ਹਲਾ ਹੋ ਰਹੀ ਸੀ ਪਹਿਲੇ LMIA, ਹਰ ਆਦਮੀ LMIA ਕਢਵਾ ਕੇ ਪੈਸੇ ਪੁਸੇ ਲੈ ਕੇ ਚੱਕੀ ਨਾਲ ਫਟੇ, ਉਹ ਸਾਰਾ ਹਾਲ ਦੀ ਘੜੀ ਉਹ 'ਚ ਠੱਲ ਪੈ ਗਈ ਹੈ। ਅਤੇ ਕਿਉਂਕਿ ਸਰਕਾਰ ਨੇ ਆਖਿਆ ਕਿ ਜਿਹੜੇ ਜਿਹੜੇ ਜਿੱਥੇ ਜਿੱਥੇ ਅਨਇੰਪਲੋਇਮੈਂਟ ਰੇਟ ਜਿਹੜਾ ਹੈਗਾ 6% ਤੋਂ ਹਾਇਰ ਹੋਊਗਾ, ਉਹ ਨੂੰ ਅਸੀਂ ਰਿਫਿਊਜ਼ ਟੂ ਪ੍ਰੋਸੈਸ ਕਰਾਂਗੇ। ਅਨਲੈਸ ਅਦਰਵਾਈਜ਼ ਕੰਸਟਰਕਸ਼ਨ ਦੇ ਫੀਲਡ 'ਚ ਹੈ ਜਾਂ ਫੂਡ ਪ੍ਰੋਸੈਸਿੰਗ ਹੈ ਜਾਂ ਐਗਰੀ ਏਰੀਆ 'ਚ ਹੈ। ਨਾ ਅਗੇਨ ਬਹੁਤ ਜ਼ਿਆਦਾ ਜਿਹੜਾ ਉਹ ਫਰਾਡ ਦੀ ਜਿਹੜੀ ਚਾਰੋਂ ਪਾਸੇ ਹਾਹਾਕਾਰ ਪਈ ਸੀ ਉੱਥੇ ਛੱਲ ਪਈ ਹੈ। ਰਾਈਟ। ਸੋ ਦੋਸਤੋ, ਇਸ ਵੇਲੇ ਸਾਡੇ ਨਾਲ ਮੈਟਰੋ ਇਮੀਗ੍ਰੇਸ਼ਨ ਤੋਂ ਸੁਰੇਸ਼ ਗੁਪਤਾ ਜੀ ਸਾਡੇ ਨਾਲ ਗੱਲਬਾਤ ਦੇ ਲਈ ਫੋਨ ਲਾਈਨ ਦੇ ਉੱਪਰ ਜੁੜੇ ਹੋਏ ਨੇ। ਫੋਨ ਨੰਬਰ ਇਹਨਾਂ ਦੇ ਨਾਲ ਸੰਪਰਕ ਕਰਨ ਦੇ ਲਈ 905-673-1200, ਇਸ ਨੰਬਰ ਦੇ ਉੱਪਰ ਕਾਲ ਕੀਤੀ ਜਾ ਸਕਦੀ ਹੈ। 905-673-1200 ਮੈਟਰੋ ਇਮੀਗ੍ਰੇਸ਼ਨ, ਸੁਰੇਸ਼ ਗੁਪਤਾ ਜੀ ਅਤੇ ਇਹਨਾਂ ਦੀ ਪ੍ਰੋਫੈਸ਼ਨਲ ਟੀਮ ਤੁਹਾਡੇ ਲਈ ਪਿਛਲੇ  25 ਸਾਲਾਂ ਤੋਂ ਜਿਵੇਂ ਇਹਨਾਂ ਨੇ ਦੱਸਿਆ ਕਿ ਸੇਵਾਵਾਂ ਦਿੰਦੇ ਆ ਰਹੇ ਨੇ। ਸੋ ਤੁਸੀਂ LMIA ਨਾਲ ਸੰਬੰਧਿਤ ਜਾਂ ਕਿਸੇ ਵੀ ਹੋਰ ਕੈਟਾਗਰੀ ਦੇ ਤਹਿਤ ਜਾਂ ਕਿਸੇ ਵੀ ਹੋਰ ਪ੍ਰੋਗਰਾਮ ਦੇ ਤਹਿਤ ਅਗਰ ਕੈਨੇਡਾ ਦੀ ਇਮੀਗ੍ਰੇਸ਼ਨ ਬਾਰੇ ਕੋਈ ਗੱਲ ਕਰਨੀ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਅਤੇ ਗੁਪਤਾ ਜੀ, ਇੱਕ ਚੀਜ਼ ਹੋਰ ਦੱਸੋ ਨਾਲ ਹੀ ਕਿ ਜਿਹੜਾ LMIA ਨੂੰ ਲੈ ਕੇ ਜਿਹੜਾ ਫਰੋਡ ਦੀ ਗੱਲ ਕਰਦੇ ਹਾਂ ਜਾਂ ਧੋਖੇਧੜਿਆਂ ਦੀ ਗੱਲ ਕਰਦੇ ਹਾਂ ਜਾਂ ਬਹੁਤ ਸਾਰੇ ਹਜ਼ਾਰਾਂ ਡਾਲਰਸ ਲੈ ਕੇ ਉਹ ਜਿਹੜਾ ਪ੍ਰੋਸੈਸ ਕਰਨ ਸ਼ੁਰੂ ਕਰਨ ਦੀ ਜਾਂ ਅੱਗੇ ਤੋਰਨ ਦੀ ਗੱਲ ਕਰਦੇ ਹਾਂ, ਉਹਦੇ ਬਾਰੇ 'ਚ ਇਸ ਵੇਲੇ ਕੀ ਸਥਿਤੀ ਹੈ? ਜਿੱਦਾਂ ਮੈਂ ਆਪ ਜੀ ਨੂੰ ਆਖਿਆ ਕਿ ਉਹ 'ਚ ਠੱਲ ਪਈ ਹੈ ਕਿਉਂਕਿ ਇੰਟਰਨੈਸ਼ਨਲੀ ਸਾਰੇ ਲੋਕਾਂ ਨੂੰ ਇੱਦਾਂ ਲੱਗਣ ਲੱਗ ਪਿਆ ਕਿ ਜਿਹੜੇ ਮੈਂ ਰਿਪੀਟ ਕਰਨ ਲੱਗਿਆ ਸਰ, ਇੱਕ ਤਾਂ ਤੁਸੀਂ ਕਿਹਾ ਵੀ ਜੋ ਸਿਸਟਮ ਪਲਾਨ ਜੋ ਗਵਰਨਮੈਂਟ ਨੇ ਤੋਰਿਆ ਸੀ ਉਹ ਤਾਂ ਉਹ 'ਚ ਤਾਂ ਠੱਲ ਪੈ ਗਈ ਹੈ, ਪਰ ਕੀ ਅਜੇ ਵੀ ਪੈਸੇ ਧੇਲੇ ਲੈ ਦੇ ਕੇ ਵੱਧ ਘੱਟ ਕਰਾ ਕੇ ਉਹ ਹੁਣ ਟਰੈਂਡ ਹੈ ਕਿ ਉਹ ਵੀ ਬੰਦ ਹੋ ਗਿਆ ਜਾਂ ਉਹ ਚੱਲ ਰਿਹਾ? ਨਹੀਂ, ਉਹ ਟਰੈਂਡ ਹਜੇ ਉਹ ਆਮ ਜਿਹੜੀ ਪਬਲਿਕ ਹੈ ਉਹ ਅੰਡਰਸਟੈਂਡ ਨਹੀਂ ਕਰਦੀ ਵੀ ਸਿਸਟਮ ਕਿੱਦਾਂ ਕੰਮ ਕਰਦਾ, ਤੋ ਇਸ ਕਰਕੇ ਜਿਹੜੇ ਲੋਕ 2 ਨੰਬਰ ਦਾ ਕੰਮ ਕਰਦੇ ਉਹ ਤਾਂ ਹੱਥ ਪੈਰ ਮਾਰ ਹੀ ਰਹੇ ਹੈ। ਪਰ ਓਵਰਆਲ ਜਿਹੜਾ ਮੈਸੇਜ ਹੈ ਉਹ ਕਲੀਅਰ ਹੈ ਕਿ ਜਿਹੜਾ ਹੁਣ ਕੈਨੇਡਾ ਹੈ ਉਹ ਇੱਕ ਸਟੂਡੈਂਟ ਵੀਜ਼ਾ ਪ੍ਰੋਗਰਾਮ, ਵਿਜ਼ਟਰ ਵੀਜ਼ਾ ਪ੍ਰੋਗਰਾਮ ਅਤੇ ਜਿਹੜਾ ਵਰਕ ਫਰਮ LMIA ਦਾ ਬੇਸ ਜਿਹੜਾ ਪ੍ਰੋਗਰਾਮ ਹੈ ਉਹਦੇ 'ਚ ਸਰਕਾਰ ਨੇ ਲਗਾਮਾਂ ਕੱਸਦੀਆਂ। ਰਾਈਟ। ਅਤੇ ਨਾਲ ਹੀ ਸਰ, ਇੱਕ ਇਸ ਤੋਂ ਪਹਿਲਾਂ ਕਿ ਇਜਾਜ਼ਤ ਲਈਏ, ਤੁਸੀਂ ਕੋਈ ਆਪਣੇ ਵੱਲੋਂ ਜਿਹੜਾ ਇਸ ਵੇਲੇ ਪ੍ਰੋਟੈਸਟ ਵਗੈਰਾ ਹੋ ਰਹੇ ਨੇ ਸਟੂਡੈਂਟਸ ਵੱਲੋਂ, ਕੋਈ ਉਹਦੇ 'ਤੇ ਕਮੈਂਟ ਕਰਨਾ ਚਾਹੁੰਦੇ ਹੋਵੋ? ਮੇਰੀ ਪਰਸਨਲ ਰਾਏ ਹੈ ਜੀ, ਜੇ ਮੈਂ ਧਿਆਨ ਨਾਲ ਜੇ ਮੈਂ ਉਸ ਸਥਿਤੀ 'ਚ ਹੋਵਾਂ ਅਤੇ ਮੈਂ ਕੀ ਕਰਾਂ, ਅਤੇ ਡੈਫੀਨੇਟਲੀ ਮੈਂ ਪ੍ਰੋਟੈਸਟ ਵੀ ਕਰ ਸਕਦਾ। ਪਰ ਮੇਰੀ ਆਪਣੀ ਰਾਏ ਹੈ ਕਿ ਬਹੁਤ ਸਾਰੇ ਪ੍ਰੋਗਰਾਮ ਹੈ, ਬਹੁਤ ਸਾਰੇ ਰਿਮੋਟ ਏਰੀਆ 'ਚ ਪ੍ਰੋਗਰਾਮ ਹੈ, ਤੁਸੀਂ ਆਪਣਾ ਟਾਈਮ ਉੱਥੇ ਲਾਓ ਬਜਾਏ ਕਿ ਵੀ ਤੁਸੀਂ ਪ੍ਰੋਟੈਸਟ ਕਰਨ ਦੇ, ਕਿਉਂਕਿ ਬਹੁਤ ਅਪਰਚੁਨਿਟੀਜ਼ ਹੈਗੀਆਂ ਰਿਮੋਟ ਏਰੀਆ 'ਚ। ਜੇ ਤੁਸੀਂ ਨਵੋ ਸਕੋਸ਼ੀਆ ਚਲੇ ਜਾਓ, ਮੈਨੀਟੋਬਾ ਚਲੇ ਜਾਓ, ਈਵਨ ਇੰਟੀਰੀਅਰ ਦੇ ਰਿਮੋਟ 'ਚ ਬੜੀਆਂ ਪੋਸੀਬਿਲਟੀਜ਼ ਹੈਗੀਆਂ, ਉਹਨੂੰ ਮਿਸ ਨਾ ਕਰੋ, ਆਪਣੇ ਐਕਸਪਲੋਰ ਕਰੋ ਕੈਨੇਡਾ ਨੂੰ, ਬਹੁਤ ਅਪਰਚੁਨਿਟੀ ਹੈ, ਬਹੁਤ ਅਪਰਚੁਨਿਟੀ ਹੈ। ਸੋ ਤੁਹਾਡੇ ਕੋਲ ਜੇ ਕੋਈ ਕੰਟੈਕਟ ਕਰਦਾ, ਤੁਹਾਨੂੰ ਲੱਗਦਾ ਕਿ ਤੁਸੀਂ ਉਹਨਾਂ ਨੂੰ ਬਿਹਤਰ ਰਸਤੇ ਕੋਈ ਹੋਰ ਵੀ ਡਿਫਰੈਂਟ ਆਪਸ਼ਨਸ ਐਕਸਪਲੋਰ ਕਰਨ ਦੇ ਲਈ ਵੱਡੇ ਪੈਮਾਨੇ 'ਤੇ ਮਦਦ ਕਰ ਸਕਦੇ ਹੋ? ਨਹੀਂ, ਮੈਂ ਜ਼ਿਆਦਾ ਵੱਡੇ ਪੈਮਾਨੇ 'ਤੇ ਮਦਦ ਨਹੀਂ ਕਰ ਪਾਵਾਂਗਾ ਕਿਉਂਕਿ ਉਹ ਸਾਰੇ ਪੈਸੇ ਪੂਸੇ ਲੈਂਦੇ ਆ, ਉਹ ਅਸੀਂ ਲੈਂਦੇ ਨਹੀਂ। ਉਹ ਆਪ ਹੀ ਉਹਨਾਂ ਨੂੰ ਹੱਠ ਭੱਜ ਕਰਕੇ ਇੰਪਲੋਇਮੈਂਟ ਲੱਭਣੀ ਪਏਗੀ, ਜਦੋਂ ਲੱਭ ਲੈਣਗੇ ਸਾਨੂੰ ਸੰਪਰਕ ਕਰਨ, ਅਸੀਂ ਉਹਨਾਂ ਦੀ ਐਪਲੀਕੇਸ਼ਨ ਪ੍ਰੋਪਰਲੀ ਕਰ ਦਾਂਗੇ। ਪਰ ਅਸੀਂ ਐਜ਼ ਏ ਬਿਜ਼ਨਸ ਇਹ ਨਹੀਂ ਕਰਾਂਗੇ ਵੀ ਅਸੀਂ ਉਹਨਾਂ ਲਈ ਕੋਈ ਇੰਪਲੋਇਰ ਲੱਭ ਕੇ ਦਈਏ, ਕੋਈ ਪੈਸੇ ਲੈ ਲਈਏ ਅਤੇ ਉਹਨਾਂ ਨੂੰ ਇਹ ਕਰੀਏ, ਉਹ ਨਹੀਂ ਸਾਡੇ ਕੋਲ। ਸੋ 905-673-1200 ਮੈਟਰੋ ਇਮੀਗ੍ਰੇਸ਼ਨ, ਸੁਰੇਸ਼ ਗੁਪਤਾ ਜੀ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਸਰ, ਕੁਛ ਹੋਰ ਕਹਿਣਾ ਹੋਵੇ ਅਖੀਰ ਦੇ ਵਿੱਚ? ਨਹੀਂ ਸਰ, ਬਹੁਤ ਬਹੁਤ ਤੁਹਾਡੀ ਮਿਹਰਬਾਨੀ। ਜਿਹੜਾ ਤੁਸੀਂ ਆਖਰੀ ਸਵਾਲ ਮੈਨੂੰ ਪੁੱਛਿਆ ਪ੍ਰੋਟੈਸਟ ਬਾਰੇ, ਮੈਂ ਫਿਰ ਰਿਪੀਟ ਕਰਦਾ ਕਿ ਕੈਨੇਡਾ 'ਚ ਅਪਰਚੁਨਿਟੀ ਅਨਲਿਮਿਟਿਡ ਹੈ, ਆਪਾਂ ਬਸ ਮੇਜਰ ਸੈਂਟਰ 'ਚ ਹੀ ਫਸੇ ਰਹਿੰਦੇ ਹਾਂ, ਟੋਰਾਂਟੋ, ਮੰਟਰੀਆਲ ਜਾਂ ਵੈਨਕੂਵਰ,
ਜਿਹੜਾ ਕੈਨੇਡਾ ਬਹੁਤ ਵਾਈਡ ਸਪਰੈਡ ਹੈ, ਬਹੁਤ ਓਪਰਚੁਨਿਟੀਜ਼ ਹੈਗੀਆਂ, ਉਹਨੂੰ ਐਕਸਪਲੋਰ ਕਰੋ, ਜ਼ਰੂਰ ਐਕਸਪਲੋਰ ਕਰੋ। ਸੋ ਬਹੁਤ ਮਿਹਰਬਾਨੀ ਸਰ ਜੀ, ਧੰਨਵਾਦ ਅੱਜ ਦੇ ਲਈ, ਅਤੇ ਆਉਣ ਵਾਲੇ ਦਿਨਾਂ 'ਚ ਫਿਰ ਗੱਲ ਕਰਦੇ ਹਾਂ ਜੀ। ਸ਼ੁਕਰੀਆ ਜੀ। ਥੈਂਕ ਯੂ ਸਰ। ਧੰਨਵਾਦ ਜੀ। ਸੋ ਮੈਟਰੋ ਇਮੀਗ੍ਰੇਸ਼ਨ ਸੁਰੇਸ਼ ਗੁਪਤਾ ਜੀ, ਫੋਨ ਨੰਬਰ 905-673-1200, ਇਸ ਨੰਬਰ ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਜੀ ਮੀਡੀਆ ਗਰੁੱਪ।